ਕਾਂਗਰਸ ਦੇ ਸੰਸਦ ਮੈਂਬਰਾਂ ਦੀ ਅੱਜ ਪੰਜਾਬ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬੈਠਕ ਖਤਮ ਹੋਈ। ਜਾਣਕਾਰੀ ਦਿੰਦਿਆਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਇਸ ਬੈਠਕ ਵਿੱਚ SYL ਬਜਟ ਸਣੇ ਪੰਜਾਬ ਦੇ ਹੋਰ ਪੱਖ ਦੇ ਮਸਲਿਆਂ 'ਤੇ ਚਰਚਾ ਹੋਈ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਨੇ ਜਿਹੜੇ ਕਰਜ਼ੇ ਲਏ ਹੋਏ ਸਨ ਉਹ ਕੇਂਦਰ ਸਰਕਾਰ ਮੁਆਫ਼ ਕਰੇ, ਕਿਉਂਕਿ ਉਸ ਕਰਜ਼ੇ ਦੀ ਹਰ ਮਹੀਨੇ 250 ਕਰੋੜ ਰੁਪਏ ਦੀ ਕਿਸ਼ਤ ਦੇਣੀ ਪੈਂਦੀ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਬੈਠਕ ਵਿੱਚ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੂਬੇ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਵੀ ਕੀਤੀ। ਬੇਸਿਕਲੀ ਜਿਹੜਾ ਬਜਟ ਸੈਸ਼ਨ ਪਾਰਲੀਮੈਂਟ 'ਚ ਆ ਰਿਹਾ, ਉਹਦੇ ਉੱਤੇ ਪੰਜਾਬ ਦੇ ਨਾਲ ਜੁੜੇ ਹੋਏ ਜਿਹੜੇ ਮੁੱਦੇ ਨੇ ਉਹਨਾਂ ਬਾਰੇ ਸਾਨੂੰ ਬਕਾਇਦਾ ਤੌਰ ਦੱਸਿਆ ਗਿਆ, ਜਿਹਦੇ ਵਿੱਚ ਆਉਣ ਵਾਲਾ ਪੰਜਾਬ ਦਾ ਫਿਊਚਰ ਹੈ, SYL ਹੈ, ਪੰਜਾਬ ਦੇ ਜਿਹੜੇ 31,000 ਕਰੋੜ ਰੁਪਏ ਦਾ ਜਿਹੜਾ ਇੱਕ ਫੂਡ ਦਾ ਇੱਕ ਬੜੀ ਦੇਰ ਦਾ ਸਾਡੇ ਵੱਲ ਉਹਨਾਂ ਨੇ ਐਜ਼ ਅ ਲੋਨ ਕਨਵਰਟ ਕਰ ਦਿੱਤਾ, ਉਹ ਮੁੱਦੇ ਹੈ ਸੀ। ਸਾਡੇ ਐਜੂਕੇਸ਼ਨ, ਸਾਡੇ SC BC ਬੱਚਿਆਂ ਦੇ ਵਜ਼ੀਫਿਆਂ ਦਾ ਮੁੱਦਾ ਹੈ ਸੀ, ਸਾਡੇ ਵਾਟਰ ਰਿਸੋਰਸਿਸ ਨਾਲ ਸੰਬੰਧਿਤ ਮੁੱਦੇ ਹੈ ਸੀ। ਸੋ ਇੱਕ ਤਾਂ ਇੱਕ ਜਰਨਲ ਗਵਰਨਮੈਂਟ ਨੇ ਆਪਣਾ ਸਾਰਾ ਪਰਸਪੈਕਟਿਵ ਸਾਡੇ ਸਾਹਮਣੇ ਪੇਸ਼ ਕੀਤਾ, ਅਤੇ ਉਸ ਤੋਂ ਬਾਅਦ ਜਦੋਂ MPs ਨਾਲ ਗੱਲਬਾਤ ਹੋਈ ਹੈ ਤਾਂ CM ਸਾਹਿਬ ਦੇ ਨਾਲ ਅਸੀਂ ਜਿਹੜੇ ਪੰਜਾਬ ਦੇ ਮੁੱਦੇ ਨੇ ਉਹਦੇ ਵਿੱਚ ਵਿਸ਼ੇਸ਼ ਤੌਰ ਜਿਹੜੇ ਪ੍ਰਾਈਵੇਟ ਥਰਮਲ ਪਲਾਂਟਸ ਜਿਨ੍ਹਾਂ ਦਾ ਹੁਣੇ ਹੀ ਪਿਛਲੇ ਦਿਨ ਹੀ ਬਹੁਤ ਸਾਰਾ ਬੋਝ ਪੰਜਾਬ ਸਰਕਾਰ 'ਤੇ ਅਤੇ ਪੰਜਾਬ ਦੇ ਲੋਕਾਂ 'ਤੇ ਪਿਆ, ਉਹ ਵੀ ਮੈਂ ਵੀ ਚੁੱਕਿਆ ਅਤੇ ਮੇਰੇ ਬਹੁਤ ਸਾਰੇ ਹੋਰ ਸਾਥੀ MPs ਨੇ ਵੀ ਚੁੱਕਿਆ ਸੀ ਕਿ ਪੁਰਾਣੇ PPAs ਜਿੰਨੇ ਹੋਏ ਨੇ, ਸਾਰੇ ਪੁਰਾਣੀਆਂ ਐਗਰੀਮੈਂਟਸ ਜਿਹੜੀਆਂ ਹੋਈਆਂ ਨੇ ਗਵਰਨਮੈਂਟ ਆਫ ਪੰਜਾਬ ਨੂੰ ਰੀਵਿਜ਼ਿਟ ਕਰਨਾ ਤੁਸੀਂ ਵੇਖੋ ਤਾਂ, ਕਿਉਂਕਿ ਸਾਡਾ ਇਹ ਮੰਨਣਾ ਸੀ ਅਤੇ ਸਾਨੂੰ ਜੋ ਰਿਪੋਰਟ ਵੀ ਮਿਲੀ ਉਹਦੇ ਸੀ ਕਿ ਕੁਝ ਇਹੋ ਜਿਹੇ ਲੂਪ ਹੋਲ ਛੱਡ ਦਿੱਤੇ ਗਏ ਸੀ ਜਿਹਦੇ ਕਾਰਨ ਅਲਟੀਮੇਟਲੀ ਉਹ ਕੰਪਨੀ ਸੁਪਰੀਮ ਕੋਰਟ ਤੋਂ ਜਿੱਤੀਆਂ, ਅਤੇ ਅਸੀਂ ਉਹ ਗੱਲ ਕਹੀ ਹੈ ਕਿ PPAs ਨੂੰ ਰੀਵਿਜ਼ਿਟ ਕਰੋ, ਜਿਹੜਾ ਆਦਮੀ ਵੀ ਜ਼ਿੰਮੇਵਾਰ ਹੈ ਉਹਨੂੰ ਰਿਸਪੋਂਸੀਬਲ ਕਰੋ, ਜਿਹੜਾ ਵਾਈਟ ਪੇਪਰ ਹੈ ਉਹਨੂੰ ਟਾਈਮ ਸਿਰ ਲੈ ਕੇ ਆਓ, ਮੌਨਸੂਨ ਸੈਸ਼ਨ ਤੱਕ ਤਾਂ ਟਾਈਮ ਲੱਗਣਾ, ਇਹ ਚੀਜ਼ 10-15 ਦਿਨਾਂ 'ਚ ਆਪਾਂ ਲੈ ਕੇ ਆਈਏ। ਫਿਰ ਮਾਈਨਿੰਗ ਦਾ ਮੁੱਦਾ ਸੀ, ਇਹ ਬਹੁਤ ਸਾਰੇ MPs, ਮੈਂ ਉਹਨਾਂ ਦੇ ਨਾਂ ਇੱਥੇ ਨਹੀਂ ਲੈਣਾ ਚਾਹੁੰਦਾ, ਪਤਾ ਨਹੀਂ ਕੋਈ ਪਸੰਦ ਕਰੇ ਨਾ ਕਰੇ, ਬਟ ਇਹ ਮਾਈਨਿੰਗ ਦਾ ਮੁੱਦਾ ਵੀ ਮੈਂ ਉਠਵਾਇਆ ਸੀ ਕਿ ਬਹੁਤ ਵੱਡੇ ਪੈਮਾਨੇ ਤੱਕ ਗਵਰਨਮੈਂਟ ਆਫ ਪੰਜਾਬ ਦੀ ਇਹ ਜਿਹੜੀ ਹੈ ਬਦਨਾਮੀ ਹੁੰਦੀ। ਇਹ ਰੋਪੜ ਤੋਂ ਹੀ ਨਹੀਂ, ਪਠਾਨਕੋਟ, ਸਾਰੇ ਪੰਜਾਬ ਦੇ ਵਿੱਚ ਮਾਈਨਿੰਗ ਦਾ ਕੰਮ ਜਿਹੜਾ ਚੱਲ ਰਿਹਾ ਇਹਨੂੰ ਰੋਕਿਆ ਜਾਏ। ਫਿਰ ਐਕਸਾਈਜ਼ ਦੇ ਵਿੱਚ ਵੀ ਜਿਹੜੀ ਹਰਿਆਣੇ ਵਿੱਚੋਂ, ਰਾਜਸਥਾਨ ਦੇ ਵਿੱਚੋਂ, ਹਿਮਾਚਲ ਦੇ ਵਿੱਚੋਂ, ਜੰਮੂ ਕਸ਼ਮੀਰ 'ਚੋਂ ਸ਼ਰਾਬ ਆ ਰਹੀ ਪੰਜਾਬ, ਜਿਸ ਦੇ ਕਾਰਨ 100 ਕਰੋੜ ਰੁਪਏ ਦਾ ਘਾਟਾ ਸਾਨੂੰ ਹੋ ਰਿਹਾ, ਉਹਦੀ ਵੀ ਅਸੀਂ ਚਿੰਤਾ ਪ੍ਰਗਟ ਕੀਤੀ ਹੈ। ਅਤੇ ਉਹ ਗਵਰਨਮੈਂਟ ਆਫ ਪੰਜਾਬ ਨੇ ਬਕਾਇਦਾ ਤੌਰ ਸਾਨੂੰ ਸਲਾਹ ਦਿੱਤੀ ਕਿ ਅਸੀਂ 1 IG ਲਗਾ ਦਿੱਤਾ, ਉਹਨੂੰ 800 ਬੰਦਾ ਵੀ ਦਿੱਤਾ ਗਿਆ, ਅਤੇ ਆਉਂਦੇ ਦਿਨਾਂ ਦੇ ਵਿੱਚ ਅਸੀਂ ਜਿਹੜੀ 2 ਨੰਬਰ ਦੀ ਸ਼ਰਾਬ ਪੰਜਾਬ 'ਚ ਜਿਹੜੀ ਨਹੀਂ ਬਣਦੀ ਉਹ ਬਾਹਰੋਂ ਆਉਣ ਨਾਲ ਜਿਹੜਾ ਸਾਡਾ ਐਕਸਾਈਜ਼ ਘੱਟ ਰਿਹਾ ਅਸੀਂ ਉਹਨੂੰ ਵੀ ਰੋਕ ਪਾਵਾਂਗੇ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਹੈ ਨੇ, ਅਸੀਂ ਇਹ ਮੰਗ ਕੀਤੀ ਹੈ ਕਿ ਜਿਸ ਤਰ੍ਹਾਂ ਟਰਾਂਸਪੋਰਟ ਪਾਲਿਸੀ ਹੈ, ਇਹ ਮੈਂ ਵੀ ਲੈ ਕੇ ਆਉਂਦੀ, ਕੁਝ MP ਸਾਡੇ ਸਾਥੀਆਂ ਨੇ ਵੀ ਗੱਲ ਕੀਤੀ ਕਿ ਅਸੀਂ ਬਹੁਤ ਕੁਝ ਪ੍ਰੋਮਿਸ ਕੀਤਾ ਸੀ, 3 ਸਾਲਾਂ 'ਚ ਹਾਲਾਤ ਉਹ ਹੀ ਨੇ, ਪੰਜਾਬ ਰੋਡਵੇਜ਼, ਪੈਪਸੂ ਰੋਡਵੇਜ਼, ਪਨ ਬੱਸ, ਉਹਨਾਂ ਦਾ ਤਾਂ ਕੋਈ ਸੁਧਰਿਆ ਨਹੀਂ, ਅਤੇ ਬਾਕੀ ਜਿਹੜੇ ਨੇ ਉਹਨਾਂ ਨੇ ਇਸ ਤੋਂ ਵੱਧ ਟਰਾਂਸਪੋਰਟਾਂ ਖਰੀਦ ਲਈਆਂ। ਜੇ ਅਸੀਂ ਬਾਦਲ ਸਾਹਿਬ ਦੇ ਪਰਿਵਾਰ ਦੀ ਗੱਲ ਹੀ ਕਰੀਏ, ਸਾਡੀ ਸਰਕਾਰ ਦੇ ਵਿੱਚ ਉਹਨਾਂ ਨੇ ਆ ਕੇ 5-7 ਹੋਰ ਖਰੀਦ ਲਈਆਂ, ਆਪਾਂ ਰੋਕਣੀਆਂ ਤਾਂ ਕੀ ਸੀ? ਇਹਦੀ ਵਜ੍ਹਾ ਕੀ ਹੈ? ਕੀ ਵਜ੍ਹਾ ਹੈ ਕਿ 3 ਸਾਲ ਲਗਾਤਾਰ ਹਾਈਕੋਰਟ ਦਾ ਸਟੇ ਅਜੇ ਤੱਕ ਵਕੇਟ ਕਿਉਂ ਨਹੀਂ ਹੋਇਆ, ਅਤੇ ਵਕੇਟ ਕਰਵਾਉਣਾ ਕਿਹਨੇ? ਸੋ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ, ਭਾਵੇਂ ਮਾਈਨਿੰਗ 'ਤੇ ਹੋਣ, ਭਾਵੇਂ ਟਰਾਂਸਪੋਰਟ ਪਾਲਿਸੀ 'ਤੇ ਹੋਣ, ਕੀ ਹੁੰਗਾਰਾ ਸੀ? ਨਹੀਂ, ਹੁੰਗਾਰਾ ਉਹਨਾਂ ਦਾ ਇਹ ਸੀ ਕਿ ਜੋ ਤੁਸੀਂ ਕਹਿ ਰਹੇ ਹੋ ਮੈਂ ਬਿਲਕੁਲ ਸਹਿਮਤ ਹਾਂ, ਅਸੀਂ ਇਸ 'ਤੇ ਤਗੜੇ ਹੋ ਕੇ ਇਹਨੂੰ ਕਾਬੂ ਪਾਵਾਂਗੇ। ਐਡਵੋਕੇਟ ਜਨਰਲ ਨੂੰ ਬਦਲਣ ਦੀ ਵੀ ਤੁਸੀਂ? ਨਹੀਂ, ਉਹ ਮੈਂ ਵੇਖੋ ਆ, ਇਸ ਸਾਰੇ ਅਫਸਰ, ਪੰਜਾਬ ਦੇ ਸਾਰੇ ਆਫਿਸਰ ਬੈਠੇ ਸੀ, ਏਜੰਡਾ ਕੁਝ ਹੋਰ ਸੀ, ਉਹਨਾਂ ਨੂੰ ਸਾਡਾ ਕੰਮ ਹੈ ਪੰਜਾਬ ਦੀ ਗੱਲ ਸਾਹਮਣੇ ਰੱਖਣੀ, ਪੰਜਾਬ ਦੀ ਬਿਹਤਰੀ ਦੀ ਗੱਲ ਸਾਹਮਣੇ ਰੱਖਣੀ, ਅੱਗੇ ਚੀਫ ਮਿਨਿਸਟਰ ਸਾਹਿਬ ਦੀ। ਵੇਖੋ, ਜਦੋਂ ਅਸੀਂ ਇਹ ਗੱਲ ਕਹੀਏ ਕਿ ਮਾਈਨਿੰਗ ਪਾਲਿਸੀ ਇਹਦਾ ਵੀ ਸਟੇ ਹੋਇਆ, ਤੁਹਾਡੀ ਟਰਾਂਸਪੋਰਟ ਪਾਲਿਸੀ ਇਹਦਾ ਵੀ ਸਟੇ ਹੋਇਆ,